सरेंडर सर्टिफिकेट या डिक्लेरेशन ऑफ रेनाउंसिएशन एक किवें अप्लाई करनी आ, जिवें कि आप सारे भैन भरा जानते हैं जो आप किसी होर कंट्री की नैशनलिटी ले लें तो सानू इहदी लोड़ पैंदी आ, इहदे लई सानू किहड़े किहड़े डॉक्यूमेंट जिहड़े सबमिट करने पैणगे नाल, ते इह ऑनलाइन आप किदां फिलअप कर सकते हैं, तो ऑफलाइन जिहड़ा फॉर्म है आप किदां डाउनलोड करके हाथ नाल फिलअप कर सकते हैं, इहदी फीस किन्नी आ, इहदे नाल किहड़े किहड़े डॉक्यूमेंट लगने आ, सारियां गल्लां ते खुल के गलबात करांगे। वीडियो काफ़ी लंबी हो जाणी है इस करके यूट्यूब पर जाके सरेंडर सर्टिफिकेट लव सिंह एम लिख के सर्च करो, पूरी वीडियो पूरी लेंथ च मिल जाएगी। तो इस वीडियो में भी लाइक शेयर ते फॉलो जरूर कर लियो ता जो ज्यादा तो ज्यादा भैन भरावों तक ये वीडियो पहुंच सके। तो जे कोई गुस्ताखी हो जाती है हमेशा की तरह लव सिंह एम तुहाडे तों माफी चाहुंदा है जी। सो सब तो पहला आप गल कर लें कि दुनिया च किसी भी कंट्री की आप जो आप नैशनलिटी ले ली आप इनू ए लिंक ते आपां चले जाइए तो सानू बड़ी ईजीली इतों सानू मिल जाता है कि आप किदां सरेंडर सर्टिफिकेट अप्लाई करना है। आपां की लिखना है गूगल दे विच passport.gov.in। बाकी दो वे होर आ जर्मनी च आपां जे रहने आ ते आपां इन्हां दी वैबसाइट ते जाके फॉर्म जिहड़ा आ डाउनलोड कर सकते हैं तो उन्होंने हाथ ना भी फिलअप कर सकते हैं, जां फिर एक होर आ फॉर्म जिन्हों डिकलरेशन ऑफ रेनाउंसिएशन कहिंदे आ उन्हूं आपां किदां कर सकते हैं ਇਹ ਉਹਨਾਂ 'ਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਮੋਟਾ ਮੋਟਾ ਜਿਹੜਾ ਸਾਰਿਆਂ ਵਾਸਤੇ ਸਾਂਝਾ ਆ ਇੱਥੇ ਕੋਈ ਵੀ ਕਰ ਸਕਦਾ ਆ, ਠੀਕ ਹੈ ਜੀ। ਅਤੇ ਆਪਾਂ passport.gov.in ਲਿਖਾਂਗੇ ਗੂਗਲ ਦੇ ਵਿੱਚ ਅਤੇ ਆਪਾਂ ਇੰਟਰ ਕਰ ਦਿਆਂਗੇ। ਜਦੋਂ ਆਪਾਂ ਇੰਟਰ ਕਰਦੇ ਹਾਂ ਆਪਾਂ ਇੱਥੇ ਔਨਲਾਈਨ ਰਜਿਸਟ੍ਰੇਸ਼ਨ 'ਤੇ ਚਲੇ ਜਾਂਦੇ ਹਾਂ, ਔਨਲਾਈਨ ਰਜਿਸਟ੍ਰੇਸ਼ਨ 'ਤੇ ਚਲੇ ਜਾਂਦੇ ਹਾਂ। ਅਤੇ ਇੱਥੇ ਆਪਾਂ ਜਦੋਂ ਗਏ ਤਾਂ ਸਾਡੇ ਕੋਲੋਂ ਇੰਡੀਅਨ ਮਿਸ਼ਨ ਪੁੱਛ ਰਿਹਾ ਆ ਕਿਹੜੀ ਕੰਟਰੀ 'ਚ ਤੁਸੀਂ ਹੋ, ਅਤੇ ਆਪਾਂ ਇੱਥੇ ਹੁਣ ਜਿਵੇਂ ਮੈਂ ਜਰਮਨੀ ਦਾ ਦੇ ਰਿਹਾ, ਤੁਸੀਂ ਜਿਹੜੀ ਕੰਟਰੀ 'ਚ ਬੈਠੇ ਤੁਸੀਂ ਉੱਥੇ ਦਾ ਦੇ ਸਕਦੇ ਹੋ। ਜਰਮਨੀ ਫਰੈਂਕਫਰਟ ਦਾ ਮੈਂ ਦੇ ਰਿਹਾ, ਅਤੇ ਉਸ ਤੋਂ ਬਾਅਦ ਇੱਦਾਂ ਕੁਛ ਉਹ ਖੁੱਲ੍ਹਣ ਲੱਗ ਪੈਂਦਾ ਆ, ਆਪਾਂ ਨੂੰ ਇੱਥੇ ਫਲੈਗਸ ਆਉਣ ਲੱਗ ਪੈਂਦੇ ਉਸ ਕੰਟਰੀ ਦੇ, ਅਤੇ ਆਪਾਂ ਜਰਮਨੀ ਦਾ ਫਲੈਗ ਚੂਜ਼ ਕਰ ਲੈਂਦੇ ਹਾਂ। ਅਤੇ ਇੱਥੇ ਆਪਾਂ ਜਿਹੜਾ ਆ ਆਪਣੀ ਆਈ ਡੀ ਕ੍ਰੀਏਟ ਕਰਨੀ ਆ ਆਪਣੀ ਈਮੇਲ ਦੇ ਨਾਲ ਅਤੇ ਆਪਣੇ ਮਨ ਚਾਹੇ ਪਾਸਵਰਡ ਦੇ ਨਾਲ, ਠੀਕ ਹੈ ਜੀ। ਅਤੇ ਕਿਉਂਕਿ ਮੇਰੀ ਜਿਹੜੀ ਹੁਣ ਆਈ ਡੀ ਬਣੀ ਹੋਈ ਆ ਮੈਂ ਸਿੱਧਾ ਲੋਗਿਨ ਵੱਲ ਚੱਲਦਾ ਹਾਂ, ਲੋਗਿਨ ਕਰਨ ਵਾਲੇ ਪਾਸੇ ਮੈਂ ਜਾ ਰਿਹਾ ਹਾਂ, ਆਪਣੀ ਆਈ ਡੀ ਦਿੱਤੀ, ਅਤੇ ਉਸ ਤੋਂ ਬਾਅਦ ਜਿਹੜੇ ਆਹ ਜਿਹੜਾ ਆ ਪਿਕਚਰ ਆ ਡਿਸਪਲੇਡ ਹੋਈ ਹੋਈ ਆ ਇਹਦੇ ਵਿੱਚ ਜੋ ਲਿਖਿਆ ਆ, ਜੇ ਵੱਡੀ ਏ ਬੀ ਸੀ 'ਚ ਸਾਰਾ ਕੁਛ ਲਿਖਿਆ ਤਾਂ ਆਪਾਂ ਉਹੀ ਸਾਰਾ ਕੁਛ ਦੇਣਾ ਆ, ਠੀਕ ਆ ਜੀ। ਜਿੱਦਾਂ ਹੁਣ ਪੀ ਆ ਅਤੇ 6 6 K 4 B C ਵੀ ਵੱਡਾ ਆ, ਅਤੇ ਉਸ ਤੋਂ ਬਾਅਦ 4, ਠੀਕ ਹੈ ਜੀ। ਜਦੋਂ ਆਪਾਂ ਇਹ ਦੇ ਕੇ ਲੋਗਿਨ ਕਰਦੇ ਹਾਂ ਤਾਂ ਆਪਾਂ ਇੰਟਰ ਹੋ ਜਾਂਦੇ ਹਾਂ, ਠੀਕ ਹੈ ਜੀ। ਇੱਥੇ ਸਾਡੇ ਕੋਲ ਸਾਰਾ ਕੁਛ ਉਹਨਾਂ ਨੇ ਦਿੱਤਾ ਹੋਇਆ ਹੈ। ਜੇ ਕਿਸੇ ਭੈਣ ਭਰਾ ਨੇ ਆਪਣਾ ਫਰੈਸ਼ ਪਾਸਪੋਰਟ ਅਪਲਾਈ ਕਰਨਾ ਹੈ ਇੰਡੀਅਨ ਜਾਂ ਇੰਡੀਅਨ ਪਾਸਪੋਰਟ ਰੀਇਸ਼ੂ ਕਰਵਾਉਣਾ ਹੈ, ਰੀਨਿਊ ਕਰਵਾਉਣਾ ਹੈ, ਤਾਂ ਪਹਿਲਾ ਲਿੰਕ ਹੈ ਉਹਦੇ ਵਾਸਤੇ। ਜੇ ਕਿਸੇ ਨੂੰ ਪੀ ਸੀ ਚਾਹੀਦੀ ਹੈ ਇੰਡੀਆ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਾਸਤੇ ਆ ਸੈਕਿੰਡ ਲਿੰਕ ਹੈਗਾ ਹੈ, ਇੱਦਾਂ ਹੀ ਸਾਰੇ ਲਿੰਕ ਦਿੱਤੇ ਹੋਏ ਨੇ। ਸਾਨੂੰ ਜਿਹੜਾ ਲਿੰਕ ਚਾਹੀਦਾ ਆ ਫਿਲਹਾਲ ਆਪਾਂ ਗੱਲ ਕਰ ਰਹੇ ਸੀ ਸਰੈਂਡਰ ਸਰਟੀਫਿਕੇਟ ਦੀ, ਅਤੇ ਉਹ ਆ ਗਿਆ ਅਪਲਾਈ ਫੋਰ ਸਰੈਂਡਰ ਆਫ ਇੰਡੀਅਨ ਪਾਸਪੋਰਟ, ਅਤੇ ਅੱਗੇ ਆ ਗਿਆ ਐਪਲੀਕੇਸ਼ਨ ਫੋਰ ਪਾਸਪੋਰਟ ਸਰੈਂਡਰ ਸਰਟੀਫਿਕੇਟ ਆਫਟਰ ਐਕੁਆਇਰਿੰਗ ਫੋਰਨ ਨੈਸ਼ਨਲਟੀ ਰਿਨਾਂਸੀਏਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ, ਠੀਕ ਹੈ ਜੀ। ਰਿਨਾਂਸੀਏਸ਼ਨ ਜਾਂ ਸਰੈਂਡਰ ਸਰਟੀਫਿਕੇਟ ਸੇਮ ਹੀ ਆ, ਆਪਾਂ ਜਿਹੜਾ ਆ ਇਹਨੂੰ ਕਲਿੱਕ ਕਰਦੇ ਹਾਂ, ਠੀਕ ਹੈ ਜੀ। ਇੱਥੋਂ ਕਲਿੱਕ ਕਰਕੇ ਸਾਡਾ ਜਿਹੜਾ ਆ ਉਹ ਫੋਰਮ ਭਰਨਾ ਆਪਾਂ ਸ਼ੁਰੂ ਕਰ ਦੇਣਾ, ਠੀਕ ਹੈ ਜੀ। ਹੁਣ ਮੈਂ ਇੱਥੇ ਸਾਰਾ ਕੁਝ ਫਰਜ਼ੀ ਦੇਵਾਂਗਾ, ਕਿਸੇ ਦਾ ਕੋਈ ਨੰਬਰ ਨਹੀਂ ਆ, ਕਿਸੇ ਦਾ ਕੋਈ ਨਾਮ ਨਹੀਂ ਆ, ਸਿਰਫ ਤੁਹਾਨੂੰ ਪਤਾ ਲੱਗ ਜਾਏ ਕਿ ਤੁਸੀਂ ਕੀ ਭਰਨਾ ਆ। ਸਭ ਤੋਂ ਪਹਿਲਾਂ ਆਪਾਂ ਇੱਥੇ ਜਿਹੜਾ ਆ ਇੰਡੀਅਨ ਪਾਸਪੋਰਟ ਨੰਬਰ ਜਿਹੜਾ ਆ ਜਿਹੜਾ ਆਪਾਂ ਵਾਪਸ ਦੇਣਾ ਹੈ, ਸਰੈਂਡਰ ਕਰਨਾ ਹੈ, ਉਹਦਾ ਆਪਾਂ ਨੰਬਰ ਭਰਨਾ। ਮੈਂ ਇੱਥੇ ਫਰਜ਼ੀ ਭਰ ਲੱਗਾ ਜਿਵੇਂ ਕਿ ਕਹਿ ਕੇ ਹਟਿਆ, ਅਤੇ ਤੁਸੀਂ ਹੁਣ ਦੇਖੀ ਜਾਇਓ, ਠੀਕ ਹੈ ਜੀ। ਉਸ ਤੋਂ ਬਾਅਦ ਡੇਟ ਆਫ ਇਸ਼ੂ, ਕਦੋਂ ਇਸ਼ੂ ਹੋਇਆ ਸੀਗਾ, ਅਤੇ ਆਪਾਂ 15 ਅਤੇ ਇੱਥੇ ਆਪਾਂ ਮੰਨ ਲਓ 2018 'ਚ ਇਸ਼ੂ ਹੋਇਆ ਹੋਏਗਾ, ਜਾਂ ਜਿਹੜਾ ਵੀ ਤਦੋਂ ਤੁਹਾਨੂੰ ਸੂਟ ਕਰਦਾ, ਤੁਹਾਡਾ ਪਾਸਪੋਰਟ ਜਦੋਂ ਇਸ਼ੂ ਹੋਇਆ ਤੁਸੀਂ ਉਹੀ ਲਿਖਣਾ ਆ। ਮੈਂ ਵੈਸੇ ਫਰਜ਼ੀ ਲਿਖ ਰਿਹਾ ਹਾਂ। ਅਤੇ ਡੇਟ ਆਫ ਐਕਸਪਾਇਰੀ, ਕਿਉਂਕਿ 10 ਸਾਲ ਦਾ ਬਣਦਾ, ਅਤੇ ਆਪਾਂ ਹੁਣ ਇੱਥੇ 14 6 ਅਤੇ 28 ਤੱਕ ਬਣਨਾ ਫਿਰ, ਹੈ ਨਾ, ਅਤੇ ਆਪਾਂ 18 ਲਿਖਤਾ, 28 ਤੱਕ ਬਣਨਾ ਆ ਕਿਉਂਕਿ 10 ਸਾਲ ਦਾ ਬਣਦਾ ਆ। ਅਤੇ ਪਲੇਸ ਆਫ ਇਸ਼ੂ, ਮੈਂ ਹੁਣ ਕਹਿੰਦਾ ਕਿ ਸਾਡਾ ਆਪਣਾ ਫਰੈਂਕਫਰਟ ਜਰਮਨੀ 'ਚ ਬਣਿਆ ਸੀਗਾ, ਤੁਹਾਡਾ ਕਿਤੇ ਬਣਿਆ, ਜੇ ਕਿ ਇਟਲੀ ਵਾਲੇ ਭੈਣ ਭਰਾ ਨੇ ਉਹਨਾਂ ਦਾ ਮਿਲਾਨ ਤੋਂ ਬਣਿਆ, ਅਤੇ ਤੁਸੀਂ ਉੱਥੇ ਆਪਣਾ ਮਿਲਾਨ ਲਿਖ ਸਕਦੇ ਹੋ, ਮਿਲਾਨੋ ਵੀ ਕਹਿੰਦੇ ਆਪਾਂ, ਹੈ ਨਾ, ਇੱਥੇ ਜਾਂ ਕਿਸੇ ਵੀ ਕੰਟਰੀ 'ਚ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡਾ ਜਿੱਥੇ ਬਣਿਆ ਤੁਸੀਂ ਉਹ ਲਿਖ ਸਕਦੇ ਹੋ। ਜੇ ਇੰਡੀਆ ਦਾ ਕਿਸੇ ਦਾ ਬਣਿਆ ਹੋਇਆ ਤਾਂ ਇੱਥੇ ਆਪਣਾ ਇੰਡੀਆ ਦਾ ਲਿਖ ਸਕਦੇ ਹੋ। ਉਸ ਤੋਂ ਬਾਅਦ 'ਚ ਰੀਜ਼ਨ ਆਫ ਸਰੈਂਡਰ, ਕਾਰਨ ਕੀ ਹੈ, ਕਿਉਂ ਵਾਪਸ ਕਰ ਰਹੇ ਹੋ ਇੰਡੀਅਨ ਪਾਸਪੋਰਟ, ਇੰਡੀਅਨ ਨੈਸ਼ਨਲਟੀ, ਐਕੁਆਇਰਿੰਗ ਫੋਰਨ ਨੈਸ਼ਨਲਟੀ ਰਿਨਾਂਸੀਏਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ, ਕਿਉਂਕਿ ਸਾਨੂੰ ਇਹ ਨੈਸ਼ਨਲਟੀ ਆਪਾਂ ਜਿਹੜੀ ਹੈ ਫੋਰਨ ਦੀ ਲੈ ਲਈ ਆ, ਅਤੇ ਇਸ ਕਰਕੇ ਆਪਾਂ ਵਾਪਸ ਕਰ ਰਹੇ ਹਾਂ। ਹੁਣ ਇੱਥੇ ਆ ਜਾਂਦਾ ਐਪਲੀਕੈਂਟਸ ਨੈਸ਼ਨਲਟੀ, ਹੁਣ ਆਪਾਂ ਨੈਸ਼ਨਲਟੀ ਕਿਹੜੀ ਲਈ ਆ, ਅਤੇ ਆਪਾਂ ਜੇ ਆਪਾਂ ਹੁਣ ਮੈਂ ਜਰਮਨ ਦੀ ਗੱਲ ਕਰ ਰਿਹਾ, ਤੁਸੀਂ ਜਿਹੜੀ ਕੰਟਰੀ ਤੁਹਾਡੇ ਕੋਲ ਹੈਗੀ ਆ ਤੁਸੀਂ ਉਹ ਇੱਥੇ ਲਿਖਣਾ ਆ, ਅਤੇ ਇੱਥੇ ਆ ਜਾਣਾ ਫੋਰਨ ਨੈਸ਼ਨਲਟੀ
ਦਾ ਮਤਲਬ ਡੇਟ ਕਿੱਦਣ ਮਤਲਬ ਤੁਹਾਨੂੰ ਮਿਲੀ ਸੀਗੀ ਨੈਸ਼ਨਲਿਟੀ, ਠੀਕ ਹੈ ਜੀ। ਅਤੇ ਆਪਾਂ ਹੁਣ ਇੱਥੇ ਲਿਖ ਦਿੰਦੇ ਹਾਂ ਕਿ ਸਾਨੂੰ 2 ਜੂਨ ਨੂੰ ਮਿਲੀ ਆ, ਫਰਜ਼ੀ ਲਿਖ ਰਿਹਾ ਮੈਂ, ਤੁਸੀਂ ਲਿਖਣਾ ਹੈ ਤੁਹਾਨੂੰ ਜਦੋਂ ਉਹ ਮਿਲੀ ਹੋਵੇ, ਠੀਕ ਹੈ ਜੀ। ਅਤੇ ਫੋਰਨ ਜਿਹੜਾ ਪਾਸਪੋਰਟ ਤੁਹਾਨੂੰ ਮਿਲਿਆ ਆ ਜੇ ਤੁਹਾਡੇ ਕੋਲ ਹੈਗਾ, ਉਹਦਾ ਜਿਹੜਾ ਇੱਥੇ ਨੰਬਰ ਲਿਖਣਾ ਹੈ, ਠੀਕ ਹੈ ਜੀ। ਉਹ ਵੀ ਮੈਂ ਫਰਜ਼ੀ ਲਿਖ ਰਿਹਾ, ਮੇਰੇ ਕੋਲ ਹੈ ਹੁਣ ਇੱਥੇ ਕਿਸੇ ਦਾ ਤਾਂ ਮੈਂ ਭਰ ਨਹੀਂ ਰਿਹਾ ਕਿਉਂਕਿ ਕਿਸੇ ਦੀ ਕੋਈ ਡਿਟੇਲ ਆਪਾਂ ਲੀਕ ਨਹੀਂ ਕਰਨੀ। ਉਸ ਤੋਂ ਬਾਅਦ ਆਪਾਂ ਨੈਕਸਟ 'ਤੇ ਚਲੇ ਜਾਂਦੇ ਹਾਂ, ਠੀਕ ਹੈ ਜੀ। ਬਹੁਤ ਈਜ਼ੀ ਆ। ਅਤੇ ਇੱਥੇ ਆ ਗਿਆ ਜੀ ਐਪਲੀਕੈਂਟਸ ਡਿਟੇਲ, ਗਿਵਨ ਨੇਮ ਐਂਡ ਲਾਸਟ ਨੇਮ, ਜਿਹਨੂੰ ਆਪਾਂ ਸਰ ਨੇਮ ਕਹਿੰਦੇ ਹਾਂ, ਠੀਕ ਹੈ ਜੀ। ਹੁਣ ਆਪਾਂ ਇੱਥੇ ਲਿਖ ਦਿੰਦੇ ਹਾਂ ਲਖਵਿੰਦਰ ਸਿੰਘ ਅਤੇ ਸਿੰਘ। ਅਤੇ ਇੱਥੇ ਆਪਾਂ ਜੈਂਡਰ, ਜੇ ਮੇਲ ਹੋ ਅਤੇ ਆਪਣਾ ਪੁਰਸ਼ ਹੋ, ਮੇਲ ਹੋ ਅਤੇ ਆਪਣਾ ਇੱਥੇ ਮੇਲ ਕਰ ਸਕਦੇ ਹੋ, ਜੇ ਫੀਮੇਲ ਔਰਤ ਹੋ ਤੁਸੀਂ ਆਪਣਾ ਜਿਹੜਾ ਆ ਇੱਥੇ ਫੀਮੇਲ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਇੱਦਾਂ ਤੁਸੀਂ ਕਰਕੇ ਇੱਥੇ, ਇਸ ਤੋਂ ਬਾਅਦ ਆ ਗਿਆ ਜੀ ਡੇਟ ਆਫ ਬਰਥ। ਡੇਟ ਆਫ ਬਰਥ ਆਪਾਂ ਲਿਖ ਦਿੰਦੇ ਹਾਂ, ਹੁਣ ਸਾਰਾ ਕੁਝ ਜਿਵੇਂ ਫਰਜ਼ੀ ਲਿਖ ਰਹੇ ਹਾਂ ਅਤੇ ਡੇਟ ਆਫ ਬਰਥ ਵੀ ਫਰਜ਼ੀ ਲਿਖ ਦਿੰਦੇ ਹਾਂ। ਅਤੇ ਸਿਰਫ ਤੁਹਾਨੂੰ ਦੱਸਣ ਵਾਸਤੇ ਕਿ ਤੁਸੀਂ ਕਿੱਦਾਂ ਇਹਨੂੰ ਬੜਾ ਈਜ਼ੀਲੀ ਫਿਲਅਪ ਕਰ ਸਕਦੇ ਹੋ। ਪਲੇਸ ਆਫ ਬਰਥ, ਕਿ ਤੁਹਾਡਾ ਜਨਮ ਕਿੱਥੇ ਹੋਇਆ ਸੀ, ਜੇ ਮਤਲਬ ਪਲੇਸ ਆਫ ਬਰਥ ਜਿਹੜਾ ਇੰਡੀਆ ਦਾ ਆਪਾਂ ਕੋਈ ਪਿੰਡ ਦਾ ਨਾਂ ਲਿਖ ਦਿੰਦੇ ਹਾਂ, ਠੀਕ ਹੈ ਜੀ। ਠੀਕ ਹੈ ਜੀ, ਇਹ ਲਿਖਤਾ। ਉਸ ਤੋਂ ਆ ਗਿਆ ਜੀ, ਅੱਗੇ ਆ ਗਿਆ ਜੀ ਕਿ ਤੁਹਾਡਾ ਇਜ਼ ਯੂਅਰ ਪਲੇਸ ਆਫ ਬਰਥ ਆਊਟ ਆਫ ਇੰਡੀਆ। ਜਿਹੜੇ ਬੱਚਿਆਂ ਦਾ ਖਾਸ ਕਰਕੇ ਜਿਨ੍ਹਾਂ ਦੇ ਬਾਹਰ ਫੋਰਨ ਦੇ ਵਿੱਚ ਆਪਣਾ ਬਰਥ ਹੋਏ ਆ, ਪਹਿਲਾਂ ਉਹਨਾਂ ਨੂੰ ਇੰਡੀਅਨ ਪਾਸਪੋਰਟ ਮਿਲ ਗਏ ਸੀ ਅਤੇ ਬਾਅਦ ਦੇ ਵਿੱਚ ਜਰਮਨ ਮਿਲਿਆ, ਅਤੇ ਉਹਨਾਂ ਦਾ ਫਿਰ ਆਪਾਂ ਇੱਥੇ ਲਿਖ ਸਕਦੇ ਹਾਂ ਯੈਸ, ਅਤੇ ਉਹਨਾਂ ਦਾ ਫਿਰ ਜਿਹੜੀ ਕੰਟਰੀ 'ਚੋਂ ਬੋਰਨ ਹੋਏ ਆ ਉਹਨਾਂ ਦਾ ਐਡਰੈਸ ਲਿਖ ਦਿੰਦੇ ਹਾਂ। ਸਾਡਾ ਆਪਾਂ ਨੋ ਲਿਖਣਾ ਆ ਕਿਉਂਕਿ ਆਪਾਂ ਇੰਡੀਆ ਦਾ ਸਾਡਾ ਬਰਥ ਆ ਅਤੇ ਇੰਡੀਅਨ ਦੀ ਬਰਥ ਪਲੇਸ ਆਪਾਂ ਲਿਖੀ ਆ ਜਿੱਥੇ ਸਾਡਾ ਜਨਮ ਹੋਇਆ। ਉਸ ਤੋਂ ਬਾਅਦ ਇੱਥੇ ਲਿਖਣਾ ਆ ਆਪਾਂ ਸਟੇਟ, ਕਿਹੜੀ ਸਟੇਟ 'ਚ ਆਪਾਂ ਪੈਦਾ ਹੋਏ ਸੀਗੇ, ਠੀਕ ਹੈ ਜੀ। ਅਤੇ ਪੰਜਾਬ ਅਤੇ ਡਿਸਟ੍ਰਿਕਟ, ਇੱਥੇ ਆਪਾਂ ਹੁਣ ਸਾਰਾ ਕੁਝ ਫਰਜ਼ੀ ਭਰ ਰਹੇ ਹਾਂ, ਹੁਸ਼ਿਆਰਪੁਰ ਭਰ ਦਿੰਦੇ ਹਾਂ। ਮੈਰਿਟਲ ਸਟੇਟਸ ਕੀ ਆ, ਕਿ ਤੁਹਾਡਾ ਮਤਲਬ ਵਿਆਹੇ ਹੋ ਕੁਆਰੇ ਹੋ ਕਿੱਦਾਂ, ਆਪਣਾ ਆਪਾਂ ਮੈਰਿਟ ਲਿਖ ਦਿੰਦੇ ਹਾਂ, ਸੋਰੀ ਜੇ ਸਿੰਗਲ ਹੋ ਤਾਂ ਸਿੰਗਲ ਲਿਖ ਸਕਦੇ ਹੋ। ਅਤੇ ਐਜੂਕੇਸ਼ਨ ਤੁਹਾਡੀ ਕਿੰਨੀ ਆ, ਕੁਆਲੀਫਿਕੇਸ਼ਨ ਕਿੰਨੀ ਆ, ਜੇ 10 ਪੜ੍ਹੇ ਹੋ, 7 ਪੜ੍ਹੇ ਹੋ, 7 ਤੋਂ ਥੱਲੇ ਹੋ, ਘੱਟ ਹੋ, ਜ਼ਿਆਦਾ ਹੋ, ਹੈ ਨਾ। ਅਤੇ ਆਪਾਂ ਜਿੱਦਾਂ ਹੁਣ 10 ਪਲੱਸ ਲਿਖ ਦਿੰਦੇ ਹਾਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵਿਜੀਬਲ ਮਾਰਕ, ਜੇ ਤੁਸੀਂ ਪਹਿਲਾਂ ਆਪਣੇ ਪਾਸਪੋਰਟ 'ਚ ਲਿਖਿਆ ਸੀ ਕੋਈ ਵਿਜੀਬਲ ਮਾਰਕ ਤੁਹਾਡੇ ਸਰੀਰ 'ਤੇ ਕੋਈ ਚਿੰਨ ਹੈਗਾ, ਤਾਂ ਫਿਰ ਤੁਸੀਂ ਇੱਥੇ ਭਰ ਸਕਦੇ ਹੋ, ਅਦਰਵਾਈਜ਼ ਤੁਸੀਂ NONE ਨਨ ਲਿਖ ਸਕਦੇ ਹੋ। ਨੈਕਸਟ 'ਤੇ ਚਲੇ ਜਾਂਦੇ ਹਾਂ, ਨੈਕਸਟ 'ਤੇ ਚਲੇ ਗਏ। ਇੱਥੇ ਸਾਡੇ ਕੋਲ ਫੈਮਿਲੀ ਡਿਟੇਲ ਪੁੱਛ ਰਹੇ ਨੇ, ਠੀਕ ਹੈ ਜੀ। ਇੱਥੇ ਸਾਡੇ ਕੋਲ ਸਭ ਤੋਂ ਪਹਿਲਾਂ ਫਾਦਰਸ ਗਿਵਨ ਨੇਮ, ਫਾਦਰਸ ਸਰਨੇਮ, ਕਿ ਸਾਡੇ ਫਾਦਰ ਦਾ, ਇਹ ਸਾਰੀ ਡਿਟੇਲ ਸਾਡੇ ਪਾਸਪੋਰਟ ਦੇ ਉੱਪਰ ਹੁੰਦੀ ਆ, ਠੀਕ ਹੈ ਜੀ। ਫਾਦਰਸ ਗਿਵਨ ਨੇਮ ਆਪਾਂ ਮਤਲਬ ਗੁਰਦੀਪ, ਠੀਕ ਹੈ ਜੀ। ਅਤੇ ਸਰਨੇਮ ਸਿੰਘ, ਅਤੇ ਇੱਥੇ ਆਪਾਂ ਲਿਖ ਦਿੰਦੇ ਹਾਂ ਮਨਜੀਤ, ਅਤੇ ਸਰਨੇਮ ਕੌਰ। ਅਤੇ ਇੱਥੇ ਲੀਗਲ ਗਾਰਡੀਅਨਸ ਗਿਵਨ ਨੇਮ ਇਫ ਐਪਲੀਕੇਬਲ, ਜੇ ਜ਼ਰੂਰੀ ਮਤਲਬ ਜੇ ਹੈਗਾ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ। ਆਪਾਂ ਇੱਥੇ ਲਿਖ ਦਿੰਦੇ ਹਾਂ ਧਿਆਨ ਸਿੰਘ, ਠੀਕ ਹੈ ਜੀ। ਇਹਦੇ ਦੋਨਾਂ ਵਿੱਚੋਂ ਇੱਕ ਜੀ ਦਾ ਨਾਂ ਲਿਖਣਾ ਹੁੰਦਾ ਆਪਾਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆ ਗਿਆ ਸਪੋਜ਼ਸ ਗਿਵਨ ਨੇਮ, ਸਪੋਜ਼ਸ ਤੁਹਾਡੀ ਜਿਹੜੀ ਆ, ਜਿੱਦਾਂ ਹੁਣ ਵਾਈਫ ਜਾਂ ਹਸਬੈਂਡ ਇੱਕ ਜਣੇ ਆ, ਜਿੱਦਾਂ ਹੁਣ ਆਪਾਂ ਮੈਂ ਭਰ ਰਿਹਾ ਆਪਣੀ ਅਤੇ ਮੈਂ ਆਪਣੀ ਵਾਈਫ ਦੀ, ਸਪੋਜ਼ਸ ਦਾ ਜਿਹੜਾ ਗਿਵਨ ਨੇਮ ਆ ਉਹ ਉੱਥੇ ਮੈਂ ਭਰ ਦਿਆਂਗਾ। ਜਿੱਦਾਂ ਕੋਈ ਵੀ ਨੇਮ ਭਰਦੀ ਹੈ, ਹੈ ਨਾ, ਮੈਂ ਹੁਣ ਇੱਥੇ ਫਰਜ਼ੀ ਦੇਖ ਰਿਹਾ ਸਾਰਾ ਕੁਛ, ਪ੍ਰੀਤ ਕੌਰ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਪੋਜ਼ ਜਿਹੜੀ ਤੁਹਾਡੇ ਘਰ ਵਾਲੇ ਦੀ ਨੈਸ਼ਨੈਲਿਟੀ ਆ ਉਹ ਇੱਥੇ ਭਰ ਦੇਣੀ ਆ, ਜੇ ਇੰਡੀਅਨ ਆ ਤਾਂ ਇੰਡੀਅਨ ਭਰ ਸਕਦੇ ਹਾਂ, ਜੇ ਬਾਹਰ ਦੀ ਜਾਂ ਕਿਸੇ ਹੋਰ ਕੰਟਰੀ ਦੀ ਆਪਾਂ ਉਹ ਭਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਨੈਕਸਟ 'ਤੇ ਚਲੇ ਗਏ। ਨੈਕਸਟ 'ਤੇ ਜਾਣ ਤੋਂ ਬਾਅਦ 'ਚ ਆਪਾਂ ਇੱਥੇ ਪਹੁੰਚ ਗਏ, ਇਜ਼ ਯੂਅਰ ਪੇਰੈਂਟਸ, ਜਾਣੀ ਕਿ ਤੁਹਾਡੇ ਘਰਦਿਆਂ ਦਾ ਜਿਹੜਾ ਮਾਂ ਪਿਓ ਦਾ ਐਡਰੈਸ ਹੈ, ਉਹ ਇੰਡੀਆ ਤੋਂ ਬਾਹਰ ਤਾਂ ਨਹੀਂ, ਜੇ ਇੰਡੀਆ ਤੋਂ ਬਾਹਰ ਹੈ ਤਾਂ ਫਿਰ ਯੈਸ ਲਿਖਣਾ ਹੈ, ਅਦਰਵਾਈਜ਼ ਨੋ 'ਤੇ ਹੀ ਰਹਿਣ ਦੇਣਾ, ਠੀਕ ਹੈ ਜੀ। ਅਤੇ ਇੱਥੇ ਹੁਣ ਹਾਊਸ ਨੰਬਰ, ਜਿਹੜੇ ਤਾਂ ਭੈਣ ਭਰਾ ਸ਼ਹਿਰਾਂ ਤੋਂ ਆਏ ਹੋਏ ਨੇ ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਜਿਹੜਾ ਬੰਦਾ ਸ਼ਹਿਰ 'ਚ ਰਹਿੰਦਾ ਆ ਅਤੇ ਉੱਥੇ ਕੋਈ ਇੱਦਾਂ ਦੀ ਚੱਕਰ ਨਹੀਂ ਹੈਗਾ, ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਉੱਥੇ ਸੜਕਾਂ ਦੇ ਨੇਮ ਵੀ ਹੁੰਦੇ ਨੇ, ਹਾਊਸ ਨੰਬਰ ਵੀ ਹੁੰਦੇ। ਜਿਵੇਂ ਆਪਾਂ ਪਿੰਡਾਂ 'ਚੋਂ ਆਏ ਹਾਂ ਉੱਥੇ ਸਾਨੂੰ ਪ੍ਰੋਬਲਮ ਆਉਂਦੀ, ਅਤੇ ਆਪਾਂ ਇੱਥੇ ਐਡਰੈਸ ਉਸ ਹਿਸਾਬ ਨਾਲ ਲਿਖ ਦੇਣਾ ਜਿਹੜਾ ਸਾਡੇ ਪਾਸਪੋਰਟ ਦੇ ਵਿੱਚ ਲਿਖਿਆ ਹੋਇਆ ਸੀ, ਠੀਕ ਹੈ ਜੀ। ਜਿਵੇਂ ਸਾਡੇ ਮੰਨ ਲਓ ਆਪਾਂ ਹੁਣ ਇੱਥੇ ਪਿੰਡ ਲਿਖ ਦਿੰਦੇ ਹਾਂ ਅਕਬਿਆਪੁਰ, ਅਤੇ ਨਾਲ ਜਿੱਥੇ ਪੋਸਟ ਸੀਗੀ, ਜਿਵੇਂ ਆਪਾਂ ਲਿਖਦੇ ਹੁੰਦੇ ਸੀ ਪਿੰਡ, ਅਤੇ ਅੱਗੇ ਨਾਲ ਪੋਸਟ ਆਫਿਸ ਲਿਖ ਦਿੰਦੇ ਸੀ,
ਆਪਾਂ ਬੇਕੋਵਾਲ ਲਿਖ ਦਿੰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਸਟੇਟ ਆ ਜਾਂਦੀ ਆ ਪੰਜਾਬ, ਪੰਜਾਬ ਲਿਖ ਦਿੰਦੇ ਹਾਂ। ਡਿਸਟ੍ਰਿਕਟ ਆਪਾਂ ਇੱਥੇ ਜਿਵੇਂ ਕਹਿੰਦੇ ਪਏ ਸੀ ਹੁਸ਼ਿਆਰਪੁਰ ਪਹਿਲਾਂ, ਪਰ ਹੁਣ ਵੀ ਹੁਸ਼ਿਆਰਪੁਰ ਲਿਖ ਦਿੰਦੇ ਹਾਂ। ਪੋਸਟਲ ਕੋਡ ਜਿਹੜਾ ਹੁਸ਼ਿਆਰਪੁਰ ਦਾ ਹੈਗਾ ਮੈਨੂੰ ਹੁਣ ਯਾਦ ਨਹੀਂ ਆ, ਪਰ ਮੈਂ ਵੈਸੇ ਜਿਹੜਾ ਵੀ ਲਿਖ ਦਿੰਦਾ। ਤੁਸੀਂ ਆਪਣੇ ਹਿਸਾਬ ਨਾਲ ਸਾਰਾ ਕੁਝ ਸਹੀ ਭਰਨਾ ਹੈ, ਵਾਰ ਵਾਰ ਮੈਂ ਦੱਸ ਰਿਹਾ, ਮੈਂ ਵੈਸੇ ਫਰਜ਼ੀ ਭਰ ਕੇ ਦੱਸ ਰਿਹਾ। ਅਤੇ ਉਸ ਤੋਂ ਬਾਅਦ ਅੱਗੇ ਆ ਗਈ ਜੀ ਆਪਣੀ ਈਮੇਲ, ਆਪਾਂ ਕੋਈ ਭਰ ਦਿੰਦੇ ਹਾਂ। ਅਤੇ ਇੱਥੇ ਸਾਰੇ ਫਰਜ਼ੀ ਨੰਬਰ ਕਈ ਭੈਣ ਭਰਾਵਾਂ ਦੇ ਭਰੇ ਹੋਏ ਨੇ ਪਹਿਲਾਂ ਦੇ, ਅਤੇ ਆਪਾਂ ਚਲੋ ਕੋਈ ਹੋਰ ਭਰ ਦਿੰਦੇ ਹਾਂ ਕਿਸੇ ਨੂੰ ਕੋਈ ਕੋਲ ਨਾ ਆ ਜਾਵੇ। ਅਤੇ ਅੱਗੇ ਨੈਕਸਟ 'ਤੇ ਚਲ ਜਾਂਦੇ ਹਾਂ, ਠੀਕ ਹੈ ਜੀ। ਇੱਥੇ ਆ ਗਿਆ ਜੀ ਐਪਲੀਕੇਸ਼ਨ ਫੋਰ ਸਰੈਂਡਰ ਆਫ ਇੰਡੀਅਨ ਪਾਸਪੋਰਟ ਸਿਟੀਜ਼ਨਸ਼ਿਪ, ਐਮਰਜੈਂਸੀ ਕੰਟੈਕਟ, ਠੀਕ ਹੈ ਜੀ। ਜੇ ਕੋਈ ਅਬਿਨਬੀ ਹੋ ਜੇ ਅਤੇ ਆਪਾਂ ਤੁਹਾਡੇ ਕਿਸੇ ਘਰ ਦੇ ਕਿਸੇ ਜੀ ਨਾਲ ਕੰਟੈਕਟ ਕਰਨਾ ਹੋਵੇ ਤਾਂ ਕਿਹਦੇ ਨਾਲ ਕਰੀਏ? ਹੁਣ ਆਪਾਂ ਇੱਥੇ ਜੇ ਬਾਹਰ ਦਾ ਕਿਸੇ ਯਾਰ ਦੋਸਤ ਦਾ ਐਡਰੈਸ ਦੇ ਸਕਦੇ ਹਾਂ ਜਿੱਥੇ ਆਪਾਂ ਰਹਿੰਦੇ ਹਾਂ, ਨੀਅਰ ਬਾਏ ਆਪਣੀ ਫੈਮਿਲੀ ਦਾ ਕਿਸੇ ਮੈਂਬਰ ਦਾ ਐਡਰੈਸ ਦੇ ਸਕਦੇ ਹਾਂ। ਆਪਾਂ ਇੱਥੇ ਲਿਖ ਦਿੰਦੇ ਹਾਂ ਜੀ ਬਾਨਹੋਫ ਸਟ੍ਰਾਸ, ਅਤੇ ਤਿੰਨ ਨੰਬਰ ਲਿਖ ਦਿੰਦੇ ਹਾਂ। ਅਤੇ ਉਸ ਤੋਂ ਬਾਅਦ 'ਚ ਆਪਾਂ ਇੱਥੇ ਲਿਖ ਦਿੰਦੇ ਹਾਂ ਆਪਣਾ ਕੋਈ ਵੀ ਮੋਬਾਈਲ ਨੰਬਰ ਲਿਖ ਦਿੰਦੇ ਹਾਂ, ਠੀਕ ਹੈ ਜੀ। ਉਹਨਾਂ ਦੇ ਦੋਸਤ ਦਾ ਜਿਵੇਂ ਕਿ ਕਹਿ ਰਹੇ ਹਾਂ ਫਰਜ਼ੀ ਆ, ਪਰ ਉਹਨਾਂ ਦਾ ਲਿਖ ਦੇਣਾ। ਉਸ ਤੋਂ ਬਾਅਦ ਆਪਾਂ ਅੱਗੇ ਨੈਕਸਟ 'ਤੇ ਚਲੇ ਜਾਂਦੇ ਹਾਂ। ਨੈਕਸਟ 'ਤੇ ਚਲੇ ਗਏ, ਹੁਣ ਉਹ ਸਾਨੂੰ ਦੱਸ ਰਿਹਾ ਕਿ ਤੁਸੀਂ ਲਖਵਿੰਦਰ ਸਿੰਘ ਦੇ ਨਾਂ 'ਤੇ ਆਪਣਾ ਸਰੈਂਡਰ ਸਰਟੀਫਿਕੇਟ ਅਪਲਾਈ ਕਰ ਰਹੇ ਹੋ, ਤੁਹਾਡਾ ਪਾਸਪੋਰਟ ਨੰਬਰ ਆ ਆ, ਅਤੇ ਤੁਹਾਡਾ ਰੀਜ਼ਨ ਆ, ਤੁਹਾਡਾ ਕਾਰਨ ਆ, ਕਿਉਂਕਿ ਤੁਸੀਂ ਜਿਹੜੀ ਨੈਸ਼ਨਲਿਟੀ ਲੈ ਲਈ ਆ ਕਿਸੇ ਦੂਸਰੀ ਕੰਟਰੀ ਦੀ, ਅਤੇ ਉਹ ਤੁਹਾਡਾ ਕਾਰਨ ਆ, ਇਹ ਤੁਹਾਡਾ ਪ੍ਰਿੰਟ ਹੋਣਾ ਆ ਤੁਹਾਡੇ ਸਰਟੀਫਿਕੇਟ ਦੇ ਉੱਪਰ, ਜੇ ਸਹੀ ਆ ਤਾਂ ਅੱਗੇ ਜਾ ਸਕਦੇ ਹੋ, ਠੀਕ ਹੈ ਜੀ। ਅਤੇ ਇੱਕ ਚੀਜ਼ ਦਾ ਖਿਆਲ ਰੱਖਿਓ, ਜਿਵੇਂ ਤੁਸੀਂ ਜਰਮਨ ਦੇ ਵਿੱਚ ਖਾਸ ਕਰਕੇ ਸਾਡੇ ਭੈਣ ਭਰਾਵਾਂ ਨੂੰ ਪਤਾ ਹੋਣਾ ਆ ਕਿ ਜਦੋਂ ਆਪਾਂ ਨੈਸ਼ਨਲਟੀ ਮਿਲਦੀ ਆ ਉਸ ਤੋਂ ਪਹਿਲਾਂ ਸਾਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਆ, ਆਇਨਬੁਰਗਰੂਸ ਉਹ ਕੁੰਡੇ ਇੱਥੇ ਕਹਿੰਦੇ ਆ, ਉਹ ਵੀ ਨਾਲ ਜ਼ਰੂਰ ਭੇਜਣਾ ਹੁੰਦਾ ਆ ਜਦੋਂ ਆਪਾਂ ਅਪਲਾਈ ਕਰਨਾ, ਉਹਦੀ ਕਾਪੀ ਨਾਲ ਭੇਜਣੀ ਹੁੰਦੀ ਆ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਆਪਾਂ ਚੱਲ ਗਏ ਨੈਕਸਟ 'ਤੇ। ਇੱਥੇ ਸਾਡੇ ਕੋਲ ਸਾਰਾ ਕੁਛ, ਇੱਥੇ ਜੋ ਆਪਾਂ ਫਿਲਅਪ ਕੀਤਾ ਸਾਰੀ ਡਿਟੇਲ ਇੱਥੇ ਆ ਗਈ ਆ। ਜੇ ਕੋਈ ਸਹੀ ਚੀਜ਼ ਨਹੀਂ ਹੈਗੀ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਅਦਰਵਾਈਜ਼ ਸਾਰਾ ਕੁਛ ਇੱਥੇ ਹੈਗਾ ਆ ਅਤੇ ਆਪਾਂ ਭਰਿਆ। ਜੇ ਨਹੀਂ ਸਹੀ ਤਾਂ ਆਪਾਂ ਇੱਦਾਂ ਹੀ ਇੱਥੋਂ ਵਾਪਸ ਜਾ ਸਕਦੇ ਹਾਂ, ਇੱਥੇ ਕਲਿੱਕ ਕਰਕੇ ਜਿਹੜੀ ਚੀਜ਼ ਸਹੀ ਨਹੀਂ ਹੈਗੀ ਉਸ ਕੋਲਮ ਦੇ ਵਿੱਚ ਜਾ ਕੇ ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ। ਅਤੇ ਜੇ ਸਹੀ ਆ ਤਾਂ ਆਪਾਂ ਇੱਥੇ ਐਗਰੀ ਕਰ ਸਕਦੇ ਹਾਂ, ਅਤੇ ਇੱਥੇ ਹੁਣ ਮੈਂ ਫਰੈਂਕਫਰਟ ਬੈਠਾ ਅਤੇ ਇੱਥੋਂ ਹੁਣ ਮੈਂ ਸਬਮਿਟ ਕਰ ਦਿਆਂਗਾ। ਮੈਂ ਹੁਣ ਸਬਮਿਟ ਨਹੀਂ ਕਰ ਰਿਹਾ ਕਿਉਂਕਿ ਸਾਰਾ ਕੁਛ ਫਰਜ਼ੀ ਆ, ਅਤੇ ਜੇ ਫਰਜ਼ੀ ਮੈਂ ਸਬਮਿਟ ਕਰਾਂਗਾ ਅਤੇ ਵੈਬਸਾਈਟ ਨੂੰ ਮੈਂ ਕੋਈ ਵੀ ਕਿਸੇ ਤਰ੍ਹਾਂ ਦੀ ਹਾਨੀ ਨਹੀਂ ਪਹੁੰਚਾਉਣਾ ਚਾਹੁੰਦਾ, ਇਸ ਕਰਕੇ ਮੈਂ ਸਬਮਿਟ ਨਹੀਂ ਕਰ ਰਿਹਾ। ਜੇ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਡੇ ਨਾਲ ਹੀ ਇੱਥੇ ਜਿਹੜਾ ਆ ਇੱਕ ਤਾਂ ਆਜੂਗਾ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਸਕਸੈਸਫੁਲੀ ਜਿਹੜੀ ਆ ਸਬਮਿਟ ਹੋ ਗਈ ਆ, ਅਤੇ ਨਾਲ ਇੱਕ ਡਾਊਨਲੋਡ ਦਾ ਆਪਸ਼ਨ ਆ ਜਾਂਦਾ ਆ, ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਅਤੇ ਇਹ ਤੁਹਾਡਾ ਫੋਰਮ ਜਿਹੜਾ ਆ ਭਰਿਆ ਗਿਆ, ਠੀਕ ਹੈ ਜੀ। ਬਾਕੀ ਜੇ ਆਪਾਂ ਹੁਣ ਇੱਥੇ ਅਪਲਾਈ ਕੀਤਾ ਸੀ ਅਤੇ ਉੱਥੇ ਆਪਾਂ ਸਟੇਟਸ ਕਿੱਦਾਂ ਚੈੱਕ ਕਰਨਾ ਆ, ਆਪਾਂ ਲੌਗਇਨ 'ਤੇ ਚਲੇ ਗਏ, ਉਸੇ ਤਰ੍ਹਾਂ ਹੀ ਆਪਾਂ ਲੌਗਇਨ 'ਤੇ ਗਏ ਅਤੇ ਉਸੇ ਤਰ੍ਹਾਂ ਹੀ ਜਿਹੜਾ ਆ ਬਲੌਕ ਲੈਟਰਸ ਆਏ ਹੁੰਦੇ ਆ ਪਿਕਚਰ ਡਿਸਪਲੇ ਦੇ, ਆਪਾਂ ਜਿਹੜਾ ਇਹਨੂੰ ਕਰਨਾ ਆ, ਠੀਕ ਆ ਜੀ। ਸਾਰਾ ਕੁਛ ਜਿਵੇਂ ਲਿਖਿਆ ਹੁੰਦਾ ਪਿਕਚਰ ਡਿਸਪਲੇ, ਉੱਦਾਂ ਹੀ ਆਪਾਂ ਕਰਨੀ ਹੁੰਦੀ ਆ ਸਾਰਾ ਕੁਛ, ਅਤੇ ਕਰਕੇ ਅਤੇ ਆਪਾਂ ਇਹਦੇ ਵਿੱਚ ਲੌਗਇਨ ਕਰ ਜਾਵਾਂਗੇ, ਠੀਕ ਆ ਜੀ। ਹੁਣ ਆਪਾਂ ਲੌਗਇਨ ਕਰਦੇ ਹਾਂ, ਲੌਗਇਨ ਕਰਕੇ ਪਲੀਜ਼ ਵੇਟ ਤਾਂ ਆ ਗਿਆ ਇੱਥੇ, ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਥੋੜ੍ਹਾ ਜਿਹਾ ਸ਼ੋਅ ਕਰਾਂਗਾ ਕਿ ਆਪਾਂ ਸਟੇਟਸ ਕਿੱਦਾਂ ਚੈੱਕ ਕਰਨਾ ਹੁੰਦਾ। ਜਿਹੜੀ ਚੀਜ਼ ਆਪਾਂ ਇਹਨਾਂ ਦੀ ਇਸ ਵੈਬਸਾਈਟ ਤੋਂ ਕਰਾਂਗੇ ਅਤੇ ਉਹਦਾ ਸਟੇਟਸ ਜਿਹੜਾ ਆ ਇੱਥੇ ਥੱਲੇ ਆ ਜਾਂਦਾ ਆ, ਥੋੜ੍ਹੇ ਚਿਰ ਬਾਅਦ ਆਜੂਗਾ ਜੀ ਆਪਾਂ, ਕਿਉਂਕਿ ਮੈਂ ਕਿਸੇ ਭੈਣ ਭਰਾ ਦਾ ਪਹਿਲਾਂ ਪਾਸਪੋਰਟ ਅਪਲਾਈ ਕੀਤਾ ਸੀ, ਆ ਦੇਖੋ, ਅਤੇ ਉਹ ਪਾਸਪੋਰਟ ਉਹਦਾ ਬਣ ਕੇ ਵੀ ਆ ਗਿਆ ਹੋਇਆ ਆ, ਅਤੇ ਆ ਏ ਆਰ ਐਨ ਨੰਬਰ ਇਹਨੂੰ ਕਹਿੰਦੇ ਨੇ, ਐਪਲੀਕੇਸ਼ਨ ਰੈਫਰੈਂਸ ਨੰਬਰ, ਇਹ ਮੁੰਡੇ ਦਾ ਪਾਸਪੋਰਟ ਸੀਗਾ। ਜੇ ਮੈਂ ਇਹਨੂੰ ਹੁਣ ਕਲਿੱਕ ਕਰਾਂਗਾ ਅਤੇ ਟਰੈਕ ਐਪਲੀਕੇਸ਼ਨ ਸਟੇਟਸ 'ਤੇ ਦੱਬਾਂਗਾ ਅਤੇ ਇੱਥੇ ਉਹਦੀ ਡਿਟੇਲ ਆ ਰਹੀ ਆ ਕਿ ਯੂਅਰ ਪਾਸਪੋਰਟ ਹੈਜ਼ ਬੀਨ ਪ੍ਰਿੰਟਡ ਐਂਡ ਬੀਂਗ ਫਾਰਵਰਡ ਟੂ ਅੰਬੈਸੀ ਕੌਂਸਲੇਟ, ਦਾ ਅੰਬੈਸੀ ਕੌਂਸਲੇਟ ਵਿਲ ਕੰਟੈਕਟ ਯੂ ਵੰਸ ਦੇ ਰਿਸੀਵ ਦਾ ਪਾਸਪੋਰਟ ਫੋਰ ਡਿਸਪੈਚ, ਠੀਕ ਆ ਜੀ। ਇੱਥੇ ਤੁਹਾਡਾ ਜਿਹੜਾ ਸਟੇਟਸ ਉਹ ਆ ਜਾਂਦਾ ਆ, ਠੀਕ ਆ ਜੀ। ਇੱਕ ਤਾਂ ਇਹ ਬਹੁਤ ਵਧੀਆ ਵੇ ਆ, ਠੀਕ ਆ ਜੀ। ਉਸ ਤੋਂ ਬਾਅਦ 'ਚ ਆਪਾਂ ਹੁਣ ਸੈਕਿੰਡ ਵੇ 'ਤੇ ਚੱਲਦੇ ਹਾਂ, ਆਪਾਂ ਚਲੇ ਜਾਂਦੇ ਹਾਂ ਇੰਡੀਸ਼ ਕੌਂਸਲੇਟ ਫਰੈਂਕਫਰਟ ਦੀ ਵੈਬਸਾਈਟ 'ਤੇ, ਠੀਕ ਆ ਜੀ। ਆਪਾਂ ਇੱਥੇ ਚਲੇ ਗਏ ਅਤੇ ਆਪਾਂ ਇੱਥੇ ਦੱਬ ਦਿੰਦੇ ਹਾਂ, ਠੀਕ ਆ ਜੀ, ਵੈਬਸਾਈਟ 'ਤੇ ਚਲੇ ਗਏ। ਇੱਥੇ ਹੁਣ ਆਪਾਂ ਨੂੰ ਕਾਫੀ ਜਿਹੜੀ ਨੌਲੇਜ ਮਿਲ ਜਾਏਗੀ। ਸਭ ਤੋਂ ਪਹਿਲਾਂ ਆਪਾਂ ਇੱਥੇ ਕੌਂਸਲਰ ਸਰਵਿਸਿਸ 'ਤੇ ਚੱਲ ਜਾਂਦੇ ਹਾਂ, ਅਤੇ ਉਸ ਤੋਂ ਬਾਅਦ 'ਚ ਆਪਾਂ ਜਿਹੜਾ ਆ ਇੱਥੇ ਪਾਸਪੋਰਟ ਐਂਡ ਮਿਸਲੇਨੀਅਸ ਸਰਵਿਸਿਸ, ਇੱਥੇ ਸਾਡੇ ਕੋਲ ਜਿਹੜਾ ਆ ਸਾਰਾ ਕੁਛ ਦੱਸਿਆ ਹੋਇਆ ਉਹਨਾਂ ਨੇ। ਜੇ ਆਪਾਂ ਮੰਨ ਲਓ ਸਾਨੂੰ ਚਾਹੀਦੀ ਆ ਇੱਥੇ ਫੀਸ ਵਗੈਰਾ, ਅਟੈਸਟੇਸ਼ਨ ਦੀ ਡਾਕੂਮੈਂਟ ਦੀ, ਸਾਰਾ ਕੁਛ ਇੱਥੇ ਆ। ਇੱਥੇ ਬੈਂਕ ਡਿਟੇਲ ਆ ਕਿ ਆਪਾਂ ਚਲੋ ਇੱਥੇ ਦੇਖ ਲੈਂਦੇ ਹਾਂ, ਬੈਂਕ ਡਿਟੇਲ ਜਿੱਥੇ ਆਪਾਂ ਪੈਸੇ ਔਨਲਾਈਨ ਪੇ ਕਰਨੇ ਆ, ਅਤੇ ਉਹ ਇੱਥੇ ਦਿੱਤੀ ਹੋਈ ਆ, ਠੀਕ ਆ ਜੀ। ਆ ਪਾਸਪੋਰਟ ਦੀ ਆ,
ਤੇ ਆ ਬਰਥ ਰਜਿਸਟ੍ਰੇਸ਼ਨ ਦੀ ਆ, ਇੱਥੇ ਐਮਰਜੈਂਸੀ ਸਰਟੀਫਿਕੇਟ ਦੀ ਆ, ਇੱਦਾਂ ਹੀ ਸਾਰਿਆਂ ਦੀ ਆ, ਅਤੇ ਆ ਗਈ ਜੀ ਆਪਣਾ ਸਰੰਡਰ ਸਰਟੀਫਿਕੇਟ ਦੀ, ਠੀਕ ਆ ਜੀ, ਸਰੰਡਰ ਆਫ ਪਾਸਪੋਰਟ ਐਂਡ ਇਸ਼ੂ ਆਫ ਰਿਨਾਂਸੀਏਸ਼ਨ ਸਰਟੀਫਿਕੇਟ ਦੀ 82 ਓਰੋ ਫੀਸ ਆ ਇਹਨਾਂ ਦੀ, ਅਤੇ ਜਿਹੜੀ ਤੁਸੀਂ ਆਰਡ ਬੈਂਕ ਦੇ ਉੱਤੇ ਭੇਜਣੀ ਆ, ਅਤੇ ਡਿਸਕ੍ਰਿਪਸ਼ਨ ਜਿਹੜੀ ਹੁੰਦੀ ਆ ਉਹਦੇ 'ਚ ਆਪਾਂ ਲਿਖ ਦੇਣਾ ਹੁੰਦਾ ਆ, ਆ ਦੇਖੋ ਜੀ ਪੇਮੈਂਟ ਦਾ ਪਰੂਫ ਜਿਹੜਾ ਆਪਾਂ ਆ ਇਹਦੇ ਵਿੱਚ ਲਿਖ ਦੇਣਾ ਆ ਕਿ ARN ਨੰਬਰ, ਐਪਲੀਕੇਸ਼ਨ ਦਾ ਜਿਹੜਾ ਨੰਬਰ ਹੋਣਾ ਆ ਉਹ ਜਿਹੜੀ ਤੁਸੀਂ ਪ੍ਰਿੰਟ ਕੀਤੀ ਹੋਣੀ ਆ ਉਹਦਾ ਨੰਬਰ ਜਿਹੜਾ ਹੋਣਾ ਆ, ਐਪਲੀਕੇਸ਼ਨ ਰੈਫਰੈਂਸ ਨੰਬਰ ਉਹ ਤੁਸੀਂ ਇੱਥੇ ਭਰ ਦੇਣਾ ਆ, ਠੀਕ ਆ ਜੀ, ਅਤੇ ਆਪਣਾ ਐਪਲੀਕੈਂਟਸ ਨੇਮ ਫਸਟ 16 ਕਰੈਕਟਰਸ, ਠੀਕ ਆ ਜੀ, ਇਹ ਤੁਸੀਂ ਭਰ ਕੇ ਅਤੇ ਜਿਹੜਾ ਪੇਮੈਂਟ ਕਰ ਦਿਓਗੇ ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਐਪਲੀਕੇਸ਼ਨ ਦੀ ਜਿਹੜੀ ਪੇਮੈਂਟ ਸਾਡੇ ਕੋਲ ਪਹੁੰਚ ਗਈ ਹੈ, ਠੀਕ ਆ ਜੀ, ਅਤੇ ਉਸ ਤੋਂ ਬਾਅਦ ਆਪਾਂ ਫਿਰ ਚੱਲਦੇ ਹਾਂ ਕਾਉਂਸਲਰ ਸਰਵਿਸਿਸ 'ਤੇ, ਅਤੇ ਇੱਥੇ ਸਾਡੇ ਕੋਲ ਹੈਗਾ ਆ ਐਪਲੀਕੇਸ਼ਨ ਆਫ ਰਨਾਂਸੀਏਸ਼ਨ, ਠੀਕ ਆ ਜੀ, ਇੱਥੇ ਸਾਡੇ ਕੋਲ ਆਫਲਾਈਨ ਫਾਰਮੂਲਾ ਹੈਗਾ ਆ, ਇਹਨੂੰ ਆਪਾਂ ਇੱਥੇ ਹੀ ਡਾਊਨਲੋਡ ਕਰ ਸਕਦੇ ਹਾਂ, ਠੀਕ ਆ ਜੀ, ਇਹਨੂੰ ਆਪਾਂ ਇੱਥੇ ਹੀ ਡਾਊਨਲੋਡ ਕਰ ਸਕਦੇ ਹਾਂ, ਦੇਖੋ ਪ੍ਰਿੰਟਰ 'ਤੇ ਮੈਂ ਜਦੋਂ ਦੱਬਦਾ ਹਾਂ ਅਤੇ ਪ੍ਰਿੰਟਰ 'ਤੇ ਚਲਾ ਗਿਆ, ਅਤੇ ਇਹ ਜਿਹੜੀ ਇੱਥੇ ਮੈਂ ਮਾੜਾ ਜਿਹਾ ਸੈਟ ਕਰਨਾ ਸੇਵ ਕਰ ਲਾਂਗਾ, ਠੀਕ ਆ ਜੀ, ਆਲਸ PDF ਮੈਂ ਸੇਵ ਕਰ ਲਾਂਗਾ, ਅਤੇ ਉਸ ਤੋਂ ਬਾਅਦ ਸੇਵ ਕਰਕੇ ਜਮ੍ਹਾਂ ਕਰਕੇ ਵੀ ਦਿਖਾ ਦਿੰਦਾ ਹਾਂ, ਠੀਕ ਆ ਜੀ, ਸੇਵ ਹੋ ਗਿਆ, ਅਤੇ ਉਸ ਤੋਂ ਬਾਅਦ 'ਚ ਜੇ ਆਪਾਂ ਇਹਨੂੰ ਜਿਹੜਾ ਆ ਪ੍ਰਿੰਟ ਕਰਨਾ ਹੋਵੇ ਤਾਂ ਮੇਰੀ ਇੱਥੇ ਕੰਪਿਊਟਰ 'ਤੇ ਆ ਗਿਆ ਹੋਣਾ ਆ ਆ ਐਪਲੀਕੇਸ਼ਨ, ਠੀਕ ਆ ਜੀ, ਆਹ ਦੇਖੋ ਆ ਗਿਆ, ਅਤੇ ਇੱਥੋਂ ਮੈਂ ਜਾ ਕੇ ਪ੍ਰਿੰਟ ਕਰਨਾ ਹੋਵੇ ਅਤੇ ਮੈਂ ਇਹਨੂੰ ਜਿਹੜਾ ਆ ਪ੍ਰਿੰਟਰ ਆ ਪ੍ਰਿੰਟਰ ਨਾਲ ਕੈਨਨ ਦਾ ਜੁੜਿਆ ਹੋਇਆ ਆ, ਬਲੈਕ ਐਂਡ ਵਾਈਟ ਆਪਾਂ ਕਰ ਲੈਂਦੇ ਹਾਂ, ਅਤੇ ਇੱਥੋਂ ਜਿਹੜਾ ਆ ਪ੍ਰਿੰਟ ਕਰ ਸਕਦੇ ਹਾਂ, ਠੀਕ ਆ ਜੀ, ਇਸ ਤਰ੍ਹਾਂ ਕਰਕੇ ਆਪਾਂ ਇਹ ਵੀ ਕਰ ਸਕਦੇ ਹਾਂ, ਇਹਨੂੰ ਆਪਾਂ ਆਫਲਾਈਨ ਫਾਰਮੂਲਾ ਕਹਿੰਦੇ ਹਾਂ, ਵੀ ਆਪਾਂ ਕਰ ਸਕਦੇ ਹਾਂ, ਠੀਕ ਆ ਜੀ, ਉਸ ਤੋਂ ਬਾਅਦ 'ਚ ਆਪਾਂ ਫਿਰ ਚਲੇ ਗਏ ਇਹਨਾਂ ਦੀ ਵੈਬਸਾਈਟ 'ਤੇ ਅਤੇ ਕਾਉਂਸਲਰ ਸਰਵਿਸਿਸ 'ਤੇ, ਅਤੇ ਉਸ ਤੋਂ ਬਾਅਦ 'ਚ ਆਪਾਂ ਪਾਸਪੋਰਟ ਸਰਵਿਸ 'ਤੇ ਆਪਾਂ ਇੱਥੇ ਆ ਗਏ, ਠੀਕ ਆ ਜੀ, ਇੱਥੇ ਸਾਨੂੰ ਪਤਾ ਲੱਗ ਜਾਏਗਾ ਸਾਨੂੰ ਡਾਕੂਮੈਂਟ ਕਿਹੜੇ ਕਿਹੜੇ ਆਪਾਂ ਲਾਣੇ ਆ ਨਾਲ, ਠੀਕ ਆ ਜੀ, ਇੱਥੇ ਸਾਰੀ ਚੀਜ਼ਾਂ ਦੀ ਡਿਟੇਲ ਦਿੱਤੀ ਹੋਈ ਆ, ਅਤੇ ਆਪਾਂ ਚਾਹੁੰਦੇ ਹਾਂ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਆਹ ਦੇਖੋ ਜੀ, ਰਿਨਾਂਸੀਏਸ਼ਨ ਸਰਟੀਫਿਕੇਟ ਆਫਟਰ ਅਕੁਆਇਰਿੰਗ ਫੋਰਨ ਨੈਸ਼ਨੈਲਿਟੀ ਔਨ ਔਰ ਆਫਟਰ 1 June 2010, ਠੀਕ ਆ ਜੀ, ਕਿ ਜੇ ਤੁਸੀਂ ਆਪਣਾ ਸਰੰਡਰ ਸਰਟੀਫਿਕੇਟ ਅਪਲਾਈ ਕਰ ਰਹੇ ਹੋ ਜਿਹੜਾ ਕਿ 1 June ਜਾਂ 1 June 2010 ਤੋਂ ਬਾਅਦ ਦਾ ਮਤਲਬ ਪਾਸਪੋਰਟ ਜਿਹੜੇ ਨੇ ਉਹਨਾਂ ਵਾਸਤੇ, ਅਤੇ ਤੁਸੀਂ ਜਿਹੜਾ ਆ ਨੈਸ਼ਨੈਲਿਟੀ ਲਈ ਆ 1 June 2010 ਜਾਂ 2010 ਤੋਂ ਬਾਅਦ ਜਿੰਨੇ ਵੀ ਹੁਣ ਆਪਾਂ ਲਏ ਨੇ, ਜੇ ਤੁਸੀਂ ਉਹਨਾਂ ਦੀ ਕੈਟੇਗਰੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਜਿਹੜੀ ਆ ਪੇਪਰ ਨਾਲ ਜਿਹੜੇ ਭੇਜਣੇ ਆ, ਠੀਕ ਆ ਜੀ, ਇਹਦੇ ਵਿੱਚ ਦੱਸਿਆ ਆ ਲਾਸਟ ਓਰੀਜਨਲ ਪਾਸਪੋਰਟ, ਠੀਕ ਆ ਜੀ, ਅਤੇ ਲਾਸਟ ਓਰੀਜਨਲ ਪਾਸਪੋਰਟ ਜਿਹੜਾ ਆ ਤੁਹਾਡੇ ਕੋਲ ਹੈਗਾ ਆ ਅਤੇ ਤੁਸੀਂ ਭੇਜ ਦਿਓ, ਕਈ ਵਾਰੀ ਕਈ ਕੇਸਿਸ ਦੇ ਵਿੱਚ ਹੁੰਦਾ ਆ ਕਿ ਲਾਸਟ ਓਰੀਜਨਲ ਪਾਸਪੋਰਟ ਆਪਾਂ ਜਿਹੜਾ ਆ ਆਪਣੇ ਜਿੱਥੇ ਆਪਾਂ ਸਟੈਂਡਰਡ ਸਮ 'ਚ ਸਾਨੂੰ ਉਹ ਕੁੰਡੇ ਮਿਲਦੇ ਨੇ ਆਪਾਂ ਉੱਥੇ ਸਬਮਿਟ ਕਰਵਾ ਦਿੰਦੇ ਹਾਂ, ਫਿਰ ਸਾਨੂੰ ਇੱਕ ਪੇਪਰ ਚਾਹੀਦਾ ਹੁੰਦਾ ਆ ਆਪਾਂ ਉਸੇ ਸਟੈਂਡਰਡ ਸਮ 'ਚ ਜਾ ਕੇ ਜਿਹੜੇ ਬੰਦੇ ਕੋਲ ਜਿਹੜੇ ਉੱਥੇ ਅਖਬਾਰ ਬਾਇਟਰ ਸੀ ਜਿਹਨੇ ਸਾਡਾ ਉਹ ਜਮ੍ਹਾਂ ਕੀਤਾ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਸਾਨੂੰ ਇੱਕ ਰਿਟਰਨ ਦੇ ਵਿੱਚ ਦੇ ਦੇ ਕਿ ਮੈਂ ਜਿਹੜਾ ਸੀ ਤੁਹਾਡਾ ਪਾਸਪੋਰਟ ਜਮ੍ਹਾਂ ਕਰ ਲਿਆ ਸੀ, ਫਿਰ ਉਹ ਇੱਕ ਪੇਪਰ ਦੇ ਦੇਣਗੇ ਤੁਹਾਡੇ ਗਮਾਇੰਡੇ ਦੇ ਵਿੱਚੋਂ ਮਿਲ ਜਾਏਗਾ, ਉਹ ਤੁਸੀਂ ਪੇਪਰ ਦਾ ਪਰੂਫ ਨਾਲ ਲਾ ਦੇਣਾ ਕਿ ਮੇਕੋ ਓਰੀਜਨਲ ਪਾਸਪੋਰਟ ਨਹੀਂ ਹੈਗਾ, ਮੇਕੋ ਉਹਨਾਂ ਨੇ ਜਮ੍ਹਾਂ ਕਰ ਲਿਆ ਸੀ, ਅਦਰਵਾਈਜ਼ ਜੇ ਉਹਨਾਂ ਨੇ ਨਹੀਂ ਜਮ੍ਹਾਂ ਕੀਤਾ ਤਾਂ ਤੁਸੀਂ ਜਿਹੜਾ ਇੱਥੇ ਜਮ੍ਹਾਂ ਕਰਵਾਉਣਾ, ਉਸ ਤੋਂ ਬਾਅਦ ਪਾਸਪੋਰਟ ਦੀ ਕਾਪੀ ਜ਼ਰੂਰ ਚਾਹੀਦੀ ਆ, ਸੈਲਫ ਅਟੈਸਟਡ ਕਾਪੀ ਆਫ ਪਾਸਪੋਰਟ ਫਸਟ ਐਂਡ ਲਾਸਟ ਪੇਜ, ਯਾਨੀ ਕਿ ਸੈਲਫ ਅਟੈਸਟਡ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਉੱਤੇ ਸਾਈਨ ਕਰਨੇ ਹੁੰਦੇ ਆ ਅਤੇ ਨਾਲ ਡੇਟ ਲਿਖ ਦੇਣੀ ਅਤੇ ਆਪਣਾ ਔਟ ਲਿਖ ਦੇਣੀ ਆ, ਠੀਕ ਆ ਜੀ, ਸੈਲਫ ਅਟੈਸਟਡ ਕਾਪੀ ਆਫ ਵੈਲਿਡ ਵੀਜ਼ਾ ਔਰ ਰੈਜੀਡੈਂਸ ਪਰਮਿਟ, ਜਿਹੜਾ ਤੁਹਾਡੇ ਕੋਲ ਇਸ ਤੋਂ ਪਹਿਲਾਂ ਵੀਜ਼ਾ ਸੀਗਾ ਰੈਜੀਡੈਂਸ ਪਰਮਿਟ ਸੀਗਾ ਉਹਦੀ ਤੁਸੀਂ ਨਾਲ ਕਾਪੀ ਲਾ ਦੇਣੀ ਆ, ਸੈਲਫ ਅਟੈਸਟਡ ਕਾਪੀ ਆਫ ਮੈਲ ਡੇ ਪਿਛਾਣਿੰਗ ਹੂੰ, ਇਹ ਮੈਲ ਡੇ ਪਿਛਾਣਿੰਗ ਹੂੰ ਤੁਸੀਂ ਲੈ ਲੈਣਾ ਆਪਣੇ ਗਮਾਇੰਡੇ ਦੇ ਵਿੱਚੋਂ, ਜਦੋਂ ਤੁਸੀਂ ਲੈਣਾ ਹੁੰਦਾ ਹੈ ਮੈਲ ਡੇ ਪਿਛਾਣਿੰਗ ਹੂੰ ਤਾਂ ਉਹਨਾਂ ਨੂੰ ਵਜ੍ਹਾ ਦੱਸਿਆ ਕਰੋ ਕਿ ਆਪਾਂ ਇਸ ਚੀਜ਼ ਵਾਸਤੇ ਲੈਣਾ, ਫਿਰ ਉਹ ਉੱਤੇ ਲਿਖ ਦਿੰਦੇ ਸੋ ਫੋਲ ਆ ਗਏ ਸੋ ਕੌਂਸਲ ਇੰਡੀਸ਼ ਕੌਂਸਲ ਆ ਲਿਖ ਦਿੰਦੇ ਉੱਪਰ ਅਤੇ ਤੁਸੀਂ ਉਹ 'ਤੇ ਆਪਣੇ ਸਾਈਨ ਕਰ ਦੇਣੇ ਆ ਨਾਲ, ਠੀਕ ਹੈ ਜੀ, ਅਤੇ ਅੱਗੇ ਆ ਗਿਆ ਜੀ ਇਹ ਗੁੱਡ ਕੁਆਲਿਟੀ ਸਟੇਟ ਸੈਲਫ ਅਡਰੈਸਡ A5 ਸਾਈਜ਼ ਐਨਵਲੋਪ ਵਿਦ ਮਿਨੀਮਮ 5.40 ਯੂਰੋ ਪੋਸਟੇਜ ਸਟੈਂਪਸ, ਇੱਕ ਤੁਸੀਂ ਐਨਵਲੋਪ ਇਹਨਾਂ ਨੂੰ ਭੇਜਣਾ ਜੇ ਤੁਸੀਂ ਸਾਰਾ ਕੁਝ ਆਨਲਾਈਨ ਇਹਨਾਂ ਨੂੰ ਭੇਜ ਰਹੇ ਹੋ, ਜਿਹਦੇ 'ਤੇ ਘੱਟੋ ਘੱਟ 5 Euro 40 Cent ਦੀਆਂ ਸਟੈਂਪਾਂ ਲੱਗੀਆਂ ਹੋਣ A5 ਸਾਈਜ਼ ਦਾ, ਜਿਹਦੇ ਵਿੱਚ ਉਹ ਕੱਲ੍ਹ ਨੂੰ ਤੁਹਾਨੂੰ ਸਰਟੀਫਿਕੇਟ ਤੁਹਾਡਾ ਜੋ ਵੀ ਤੁਹਾਡਾ ਬਣਾ ਕੇ ਤੁਹਾਨੂੰ ਉਹ ਦੁਬਾਰਾ ਤੁਹਾਡੇ ਘਰ ਪੋਸਟ ਕਰ ਦੇਣਗੇ, ਠੀਕ ਹੈ ਜੀ। ਅੱਗੇ ਆ ਗਿਆ ਐਪਲੀਕੇਸ਼ਨ ਫੋਰਮ ਫੋਰ ਰਿਨਾਂਸੀਏਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ, ਜਿਹੜਾ ਫੋਰਮ ਆਪਾਂ ਹੁਣੇ ਭਰ ਕੇ ਹਟੇ ਹਾਂ ਉਹਨੂੰ ਜਦੋਂ ਆਪਾਂ ਡਾਊਨਲੋਡ ਕਰ ਲਾਂਗੇ ਤਾਂ ਉਹਦੇ 'ਤੇ ਆਪਾਂ ਜਿਹੜਾ ਆ ਉਹ ਫੋਰਮ ਜਿਹੜਾ ਉਹ ਵੀ ਇਹਦੇ ਨਾਲ ਲਾਉਣਾ ਆ, ਠੀਕ ਹੈ ਜੀ। ਅਤੇ ਐਪਲੀਕੇਸ਼ਨ ਫੋਰਮ ਇੱਕ ਆ ਦੇਖੋ ਇੱਥੇ ਵੀ ਸਾਡੇ ਕੋਲ ਇੱਕ ਆਪਸ਼ਨ ਹੈਗਾ ਆ ਐਪਲੀਕੇਸ਼ਨ ਫੋਰਮ ਦਾ, ਮੈਂ ਇਹਦੇ ਬਾਰੇ ਵੀ ਆਪਾਂ ਹੁਣ ਗੱਲ ਕਰਨੇ ਹਾਂ। ਅਤੇ ਅੱਗੇ ਆ ਗਿਆ ਜੀ ਪਰੂਫ ਆਫ ਪੇਮੈਂਟ, ਠੀਕ ਹੈ ਜੀ।
प्रूफ ऑफ पेमेंट ਹੁੰਦਾ ਆ ਕਿ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਆ ਕਿ ਆਪਾਂ ਬੈਂਕ ਦੀ ਡਿਟੇਲ ਜਿੱਥੇ ਆਪਾਂ ਪਾਈ ਸੀਗੀ ਤੇ ਆਪਾਂ ਪੈਸੇ ਇਹਨਾਂ ਦੇ ਸੈਂਡ ਕਰਤੇ ਤੇ ਸਾਡੇ ਕੋਲ ਜਿਹੜਾ ਅਕਾਊਂਟ ਉਹ ਸੁਗ ਹੋਣਾ ਆ ਆਪਾਂ ਉਹਦੀ ਇੱਕ ਕਾਪੀ ਇਹਦੇ ਵਿੱਚ ਪਾ ਦੇਣੀ ਆ ਨਾਲ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਇਸ ਬੰਦੇ ਦੇ ਪਰੂਫ ਯਾਨੀ ਕਿ ਪੇਮੈਂਟ ਦਾ ਪਰੂਫ ਵੀ ਨਾਲ ਸੈਂਡ ਕਰਤਾ ਹੁਣ ਸਾਡੇ ਕੋਲ ਇੱਕ ਤੀਸਰਾ ਵੇ ਆ ਐਪਲੀਕੇਸ਼ਨ ਫਾਰਮ ਜਿਹੜਾ ਕਿ ਰਿਨਾਂਸੀਏਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ ਵਾਸਤੇ ਆ ਠੀਕ ਆ ਜੀ ਆਪਾਂ ਇਹਨੂੰ ਜਦੋਂ ਪ੍ਰੈਸ ਕਰਦੇ ਹਾਂ ਤੇ ਸਾਡੇ ਕੋਲ ਹੁਣ ਇੱਕ ਹੋਰ ਵੈਬਸਾਈਟ ਖੁੱਲ ਜੂਗੀ ਠੀਕ ਆ ਜੀ ਆਹ ਦੇਖੋ ਇਸ ਵੈਬਸਾਈਟ 'ਤੇ ਵੀ ਜਾ ਕੇ ਆਪਾਂ ਇਹਨੂੰ ਫਿਲਅਪ ਕਰ ਸਕਦੇ ਹਾਂ ਆਹ ਦੇਖੋ ਜੀ ਮੋਡੀਫਾਈ ਐਪਲੀਕੇਸ਼ਨ ਪ੍ਰਿੰਟ ਐਪਲੀਕੇਸ਼ਨ ਐਪਲੀਕੇਸ਼ਨ ਸਟੇਟਸ ਤੁਸੀਂ ਇੱਥੇ ਸਾਰਾ ਕੁਝ ਚੈੱਕ ਕਰ ਸਕਦੇ ਹੋ ਠੀਕ ਆ ਜੀ ਇੰਸਟਰਕਸ਼ਨ ਹਾਊ ਟੂ ਅਪਲਾਈ ਠੀਕ ਹੈ ਜੀ ਸਾਰਾ ਕੁਝ ਇੱਥੇ ਸਾਨੂੰ ਉਹਨਾਂ ਨੇ ਦੱਸਿਆ ਵੀ ਹੋਇਆ ਸਾਰਾ ਕੁਝ ਤੁਸੀਂ ਆਪ ਚੈੱਕ ਕਰ ਸਕਦੇ ਹੋ ਅਤੇ ਇੱਥੇ ਆਪਾਂ ਜਿਹੜੀ ਐਪਲੀਕੇਸ਼ਨ ਭਰ ਸਕਦੇ ਹਾਂ ਠੀਕ ਹੈ ਜੀ ਸੇਮ ਉੱਦਾਂ ਹੀ ਆ ਐਪਲੀਕੈਂਟਸ ਡਿਟੇਲ ਇੱਥੇ ਡਿਟੇਲ ਭਰੀ ਜਾਣੀ ਹੈ ਅਤੇ ਉੱਦਾਂ ਹੀ ਇਹਨੇ ਸਟੈਪ ਬਾਏ ਸਟੈਪ ਗਾਂ ਗਾਂ ਚਲੀ ਜਾਣਾ ਆ ਅਤੇ ਆ ਗਿਆ ਫਾਈਨਲ ਸਬਮਿਸ਼ਨ ਅਤੇ ਔਨਲਾਈਨ ਪੇਮੈਂਟ ਇਹ ਵੀ ਇੱਕ ਵੇ ਆ ਇੱਦਾਂ ਵੀ ਆਪਾਂ ਜਾ ਕੇ ਅਤੇ ਇੱਥੇ ਔਨਲਾਈਨ ਪੇਮੈਂਟ ਵੀ ਜਿਹੜੀ ਇਹਦੇ ਵਿੱਚ ਜਿਹੜੀ ਪੇਮੈਂਟ ਆ ਆਪਾਂ ਇੱਥੇ ਔਨਲਾਈਨ ਹੀ ਕਰ ਸਕਦੇ ਹਾਂ ਠੀਕ ਆ ਜੀ ਅਤੇ ਮੇਰੇ ਖਿਆਲ ਦੇ ਵਿੱਚ ਹੁਣ ਤੁਸੀਂ ਡਿਸਾਈਡ ਕਰਨਾ ਤੁਸੀਂ ਇਹ ਜਿਹੜਾ ਫੋਰਮ ਜਿਹੜਾ ਆ ਭਰਨਾ ਆ ਅਤੇ ਜਾਂ ਫਿਰ ਤੁਸੀਂ ਜਿਹੜਾ ਆ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਆ ਅਤੇ ਇਹਦੇ ਆਪਾਂ ਵਾਪਸ ਚਲੇ ਜਾਈਏ ਹੁਣ ਮੈਂ ਚਲੋ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦਾ ਇੱਥੇ ਹਾਊ ਟੂ ਅਪਲਾਈ ਉਹਨਾਂ ਨੇ ਦੱਸਿਆ ਹੋਇਆ ਆਹ ਦੇਖੀ ਜਾਓ ਨਾਲ ਨਾਲ ਹਾਊ ਟੂ ਅਪਲਾਈ ਉਹਨਾਂ ਨੇ ਸਾਰੀ ਇੰਸਟਰਕਸ਼ਨ ਦਿੱਤੀ ਹੋਈ ਆ ਪਹਿਲੇ ਤੇ ਮਤਲਬ ਪਹਿਲੀ ਸਾਈਡ 'ਤੇ ਕੀ ਭਰਨਾ ਆ ਸੈਕਿੰਡ 'ਤੇ ਆਹ ਆ ਗਿਆ ਇੱਦਾਂ ਹੈ ਨਾ ਥਰਡ 'ਤੇ ਫਿਰ ਆਹ ਇੱਦਾਂ ਤੁਸੀਂ ਇੱਦਾਂ ਇੱਥੇ ਭਰਨਾ ਆ ਆਹ ਇੱਦਾਂ ਸਾਰੀ ਡਿਟੇਲ ਉਹਨਾਂ ਦਿੱਤੀ ਹੋਈ ਆ ਠੀਕ ਆ ਜੀ ਆਫਟਰ ਕਲਿੱਕ ਔਨ ਸਬਮਿਟ ਬਟਨ ਠੀਕ ਆ ਜੀ ਅਤੇ ਅੱਗੇ ਸਾਰਾ ਕੁਛ ਉਹਨਾਂ ਨੇ ਸਾਰੀ ਡਿਟੇਲ ਇੱਥੇ ਦੱਸੀ ਹੋਈ ਆ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਮੈਂ ਚਲੋ ਹੁਣ ਚਾਹੁੰਦਾ ਕਿ ਵੀਡੀਓ ਆਪਾਂ ਜ਼ਿਆਦਾ ਲੰਬੀ ਨਾ ਕਰੀਏ ਠੀਕ ਆ ਜੀ ਅਤੇ ਇਸ ਤਰ੍ਹਾਂ ਕਰਕੇ ਆਪਾਂ ਭਰ ਸਕਦੇ ਹਾਂ ਠੀਕ ਆ ਜੀ ਹੁਣ ਆਪਾਂ ਸਾਰੀ ਗੱਲਬਾਤ ਕਰ ਲਈ ਅਤੇ ਬਾਕੀ ਇੱਕ ਚੀਜ਼ ਜ਼ਰੂਰ ਵਿੱਚ ਮੈਨਸ਼ਨ ਕਰਿਓ ਕਿ ਆਪਣਾ ਆਇਨਬੁਰਗ ਨੂੰ ਊਆ ਕੁੰਡੇ ਦੀ ਕਾਪੀ ਜਿਹੜੀ ਆ ਜ਼ਰੂਰ ਨਾਲ ਭੇਜਣੀ ਹੁੰਦੀ ਆ ਇਹਦੇ ਵਿੱਚ ਉਹਨਾਂ ਨੇ ਨਹੀਂ ਸੀ ਲਿਖਿਆ ਜਿੱਥੇ ਰਿਕੁਆਇਰਮੈਂਟ ਸੀਗੀ ਪਰ ਫਿਰ ਵੀ ਤੁਸੀਂ ਨਾਲ ਉਹ ਜ਼ਰੂਰ ਭੇਜਣੀ ਆ ਠੀਕ ਆ ਜੀ ਬਾਕੀ ਜੇ ਕਿਸੇ ਭੈਣ ਭਰਾ ਦਾ ਕੋਈ ਸਵਾਲ ਹੋਇਆ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਓ ਮੈਂ ਉਹਦਾ ਜਵਾਬ ਦੇ ਦਿਆਂਗਾ ਅਤੇ ਬਾਕੀ ਇਸ ਵੀਡੀਓ ਨੂੰ ਹੁਣ ਲਾਈਕ ਕਰਿਓ ਸ਼ੇਅਰ ਕਰਿਓ ਫੋਲੋ ਕਰਿਓ ਚੈਨਲ ਜਿਹੜਾ ਤੁਹਾਡੇ ਭੈਣ ਭਰਾਵਾਂ ਵਾਸਤੇ ਆਪਾਂ ਬਣਾਇਆ ਹੋਇਆ ਇਹਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਓ ਤਾਂ ਜੋ ਸਾਡੀਆਂ ਸਾਰੀਆਂ ਜਿਹੜੀਆਂ ਵੀਡੀਓ ਨੇ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਇਆ ਕਰਨ ਅਤੇ ਜੇ ਕੋਈ ਗੁਸਤਾਖੀ ਕਰ ਜਾਂਦਾ ਆ ਜਾਣੇ ਅਣਜਾਣੇ ਵਿੱਚ ਤਾਂ ਤੁਹਾਡਾ ਲਵ ਸਿੰਘ ਐਮ ਤੁਹਾਡੇ ਤੋਂ ਮਾਫੀ ਚਾਹੁੰਦਾ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਸਤ ਰਹੋ ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ